ਨਹੀਂ ਨਹੀਂ ਗੱਡੀ ਭਜਾਈ ਨਹੀਂ ਨਹੀਂ ਪੁੱਛ ਲੈਣ ਦੋ ਭਾਜੀ ਕਿੱਥੋਂ ਆਏ ਵੀਰੇ ਰੋਟੀ ਖਾ ਕੇ ਬ੍ਰਦਰ ਮੇਰੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵੀਰੋ ਆਹ 19 ਤਰੀਕ ਨੂੰ ਵੋਟਾਂ ਵਾਲੇ ਦਿਨ ਦੀ ਗੱਲ ਹੈ, ਐਤਵਾਰ ਦੀ, ਲੁਧਿਆਣਾ ਸ਼ਹਿਰ ਦੇ ਵਿੱਚ ਆ ਜਿਹੜਾ ਅਨਮੋਲ ਖਵਾਤਰੇ ਵਾਲਾ ਕੇਸ ਹੈ ਅਤੇ ਮੋਹਿਤ ਰਾਮਪਾਲ ਜੀ ਦਾ, ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਕਰਨ ਲੱਗਾ। ਮੈਂ ਖੁਦ ਉਸ ਜਗ੍ਹਾ 'ਤੇ ਸੀਗਾ ਜਦੋਂ ਇਹ ਲੜਾਈ 'ਚ ਹੋਈ ਹੈ। ਐਵੇਂ ਲੋਕ ਫੇਸਬੁੱਕ 'ਤੇ ਗੱਲਾਂ, ਕੋਈ ਕੁਛ ਕਰ ਜਾਂਦਾ, ਕੋਈ ਕੁਛ ਬੋਲਦਾ ਪਿਆ, ਕੋਈ ਕੁਛ ਕਰਦਾ ਪਿਆ। ਵੀਰੋ ਇੱਕ ਮੈਂ ਤੁਹਾਨੂੰ ਅੱਜ ਗੱਲ ਦੱਸਣ ਲੱਗਾ, ਗੱਲ ਦਾ ਕਿਸੇ ਨੂੰ ਨਹੀਂ ਪਤਾ, ਕੋਈ ਅਨਮੋਲ ਦਾ ਬੰਦਾ, ਕੋਈ ਮੋਹਿਤ ਦਾ ਬੰਦਾ, ਕੋਈ ਕੁਛ ਗੱਲ ਕਰਦਾ, ਕੋਈ ਕੁਛ ਕਰ ਰਿਹਾ। ਵੀਰੋ ਉਸ ਜਗ੍ਹਾ 'ਤੇ ਲੜਾਈ ਕਿਉਂ ਹੋਈ? ਅਨਮੋਲ ਬਹੁਤ ਵਧੀਆ ਕੰਮ ਕਰਦਾ, ਆਪਾਂ ਅਨਮੋਲ ਨੂੰ ਵੀ ਨਹੀਂ ਮਾੜਾ ਨਹੀਂ ਕਹਾਂਗੇ, ਅਨਮੋਲ ਬਹੁਤ ਵਧੀਆ ਕੰਮ ਕਰਦਾ, ਪਰ ਉਹਨੇ ਉਸ ਦਿਨ ਜੋ ਕੀਤਾ ਉਹ ਬਿਲਕੁਲ ਗਲਤ ਗੱਲ ਸੀਗੀ। ਦੇਖੋ ਨਾ ਅਨਮੋਲ ਨੂੰ ਪਤਾ ਸੀਗਾ ਕਿ ਉਹਦੇ ਫਾਦਰ ਸਾਹਿਬ ਨਾਲ ਕਿਉਂ ਲੜਾਈ ਹੋਈ ਹੈ, ਨਾ ਕਿਸੇ ਨੂੰ, ਕਿਸੇ ਹੋਰ ਨੂੰ। ਉੱਥੇ ਜਿਹੜੇ ਮੌਜੂਦ ਸੀਗੇ, ਉੱਥੇ ਮਨੀ ਗਰੇਵਾਲ ਜੀ ਕੌਂਸਲਰ ਸਾਹਿਬ ਜਿਹੜੇ ਮੌਜੂਦ ਸੀਗੇ, ਉਹ ਖੁਦ ਉੱਥੇ ਮੌਜੂਦ ਸੀਗੇ। ਉਹਨਾਂ ਨੇ ਕੀ ਹੋਇਆ, ਦੁਪਹਿਰੇ ਇਹਨਾਂ ਦੀ ਕਿਸੇ ਗੱਲ ਦਾ ਕਲੇਸ਼ ਹੋਇਆ ਸੀਗਾ, ਸ਼ਾਮ ਨੂੰ ਮੋਹਿਤ ਵੀਰ ਵੋਟ ਪਾਉਣ ਆਇਆ ਵਾ। ਜਦੋਂ ਉਹ ਵੋਟ ਪਾਉਣ ਆਇਆ ਅਤੇ ਉਹ ਆਪਣੀ ਫੈਮਿਲੀ ਦੇ ਨਾਲ ਆਇਆ, ਉਹਨਾਂ ਦੇ ਫਾਦਰ ਸਾਹਿਬ ਹੋਸਪਿਟਲ ਐਡਮਿਟ ਨੇ, ਅਤੇ ਅਨਮੋਲ ਦੇ ਫਾਦਰ ਸਾਹਿਬ ਨੇ ਆ ਕੇ ਉਹਦੇ ਨਾਲ ਬਹਿਸ ਕਰਨੀ ਸ਼ੁਰੂ ਕਰਤੀ, ਟੋਂਚਾ ਮਾਰਨੀਆਂ ਸ਼ੁਰੂ ਕਰਤੀਆਂ, ਤੇਰਾ 72,000 ਨਹੀਂ ਆਏ, ਇਹ ਵੋ ਸਭ ਕੁਛ। ਚਲੋ ਮੈਂ ਇਸ ਚੀਜ਼ਾਂ ਨੂੰ ਤੁਹਾਨੂੰ ਸੁਣਾਉਣਾ ਨਹੀਂ ਚਾਹੁੰਦਾ। ਉਸ ਤੋਂ ਬਾਅਦ 'ਚੋਂ ਉਹ ਵੋਟ ਪਾਉਣ ਚਲਾ ਗਿਆ ਅਤੇ ਉਹਦੇ ਫਾਦਰ ਸਾਹਿਬ ਨੇ ਅਨਮੋਲ ਦੇ ਆਪਣੇ ਉਹਨੂੰ ਅਨਮੋਲ ਨੂੰ ਫੋਨ ਕੀਤਾ ਕਿ ਮੈਂ ਕੁਛ ਖਾ ਕੇ ਮਰ ਜੂੰਗਾ ਜੇ ਅੱਜ ਤੂੰ ਮੇਰਾ ਸਾਥ ਨਹੀਂ ਦਿੱਤਾ, ਜੇ ਇੱਦਾਂ ਵੋ ਜੋ ਕੁਛ ਵੀ ਆ, ਤੂੰ ਅੱਜ ਤੱਕ ਮੇਰਾ ਸਾਥ ਨਹੀਂ ਦਿੱਤਾ। ਅਨਮੋਲ ਨੇ ਬਿਨਾਂ ਸੋਚੇ ਸਮਝੇ ਉੱਥੇ ਬੰਦੇ ਇਕੱਠੇ ਕਰਕੇ ਆ ਗਿਆ ਅਤੇ ਆ ਕੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਵੀਰੋ ਕੀ ਇਹ ਸਹੀ ਗੱਲ ਕੀਤੀਆਂ? ਚਲੋ ਜੇ ਕਿਸੇ ਦਾ ਵੀ ਫਾਦਰ ਹੋਵੇ ਕੋਈ ਵੀ ਬੰਦਾ, ਕਿ ਚਲੋ ਗਾਲਾਂ ਕੱਢਦਾ ਜੇ ਕਰਦਾ, ਉਸ ਤੋਂ ਬਾਅਦ ਦੇ ਵਿੱਚੋਂ ਜੋ ਕੁਛ ਹੋਇਆ ਤੁਸੀਂ ਖੁਦ ਜਾਣਕਾਰ ਹੋ। ਉਹ ਖੁਦ ਆਪਣੇ ਆਪ ਨੂੰ ਕਹਿੰਦਾ ਉਹਨੇ ਕੀ ਕੀਤਾ, ਸਭ ਤੋਂ ਪਹਿਲਾਂ ਆਪਣੀ ਵੀਡੀਓ ਪਾਈ, ਉਹਦੇ ਵਿੱਚ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ, ਸਾਰੇ ਰੋਡ ਜਾਮ ਕਰਤੇ, ਕੀ ਇਹ ਸਹੀ ਗੱਲ ਹੈ? ਉੱਧਰ ਉਹਦੀ ਐਂਬੂਲੈਂਸ ਆਈ, ਐਂਬੂਲੈਂਸ ਨੂੰ ਉਹਨੇ ਨਿਕਲਣ ਦਿੱਤਾ, ਐਂਬੂਲੈਂਸ ਦਾ ਰਾਹ ਰੋਕਤਾ, ਕਹਿੰਦਾ ਮੇਰੀ ਲਾਸ਼ ਦੇ ਉੱਤੋਂ ਨਿਕਲੂਗਾ ਜੋ ਨਿਕਲੂਗਾ। ਕੀ ਇਹ ਸਹੀ ਗੱਲਾਂ ਵੈ? ਆਪਣੇ ਹੱਕ ਰੱਖਣ ਲਈ ਹੋਰ ਵੀ ਬੜੀਆਂ ਜਗ੍ਹਾ ਵੈ, ਮੁਹੱਲੇ ਦੀ ਲੜਾਈ ਹੁੰਦੀ ਹੈ, ਸਭ ਕੁਛ ਹੁੰਦਾ, ਪਰ ਇਹ ਕੀ ਹੈ ਆਪਾਂ ਹਾਈਵੇ ਜਾਮ ਕਰਕੇ ਇੱਦਾਂ ਦੀਆਂ ਗੱਲਾਂ ਕਰਨੀਆਂ? ਸਹੀ ਸਹਿਮਤ ਬਹਿੰਦੀਆਂ, ਲੋਕਾਂ ਨੂੰ ਗਾਲਾਂ ਕੱਢਣੀਆਂ, ਮਾਵਾਂ ਭੈਣਾਂ ਦੀਆਂ ਫੇਸਬੁੱਕ 'ਤੇ ਗਾਲਾਂ ਕੱਢੀਆਂ, ਯਾਰ ਤੂੰ NGO ਵਾਲਾ ਵੈ, ਇੱਦਾਂ ਦੀਆਂ ਗੱਲਾਂ ਤੇਰੇ ਮੂੰਹ 'ਤੇ ਚੰਗੀਆਂ ਲੱਗਦੀਆਂ ਨੇ? ਇਹ ਤੂੰ ਬਹੁਤ ਵੱਡੀ ਗਲਤ ਗੱਲਾਂ ਕੀਤੀਆਂ ਨੇ, ਇਹ ਤੇਰੇ ਲਈ ਚੰਗੀਆਂ ਗੱਲਾਂ ਨਹੀਂ ਗੀਆਂ, ਤੂੰ ਇੰਨੀ ਸਮਾਜ ਸੇਵਾ ਕਰਦਾ ਵਾਂ ਅਤੇ ਤੂੰ ਇੱਕ ਦਿਨ 'ਚ ਆਪਣੀ ਮਿੱਟੀ ਕਰਾ ਕੇ ਛੱਡਦੀ ਯਾਰ। ਉਸ ਤੋਂ ਬਾਅਦ 'ਚੋਂ ਕਈ ਫੇਸਬੁੱਕ 'ਤੇ ਲੱਗੇ ਹੋਏ ਨੇ ਕੁਛ ਕਰਨ, ਕੋਈ ਕੁਛ ਬੋਲਦਾ ਪਿਆ, ਕੋਈ ਕੁਛ ਬੋਲਦਾ ਪਿਆ, ਕਿਸੇ ਨੂੰ ਗੱਲ ਦਾ ਪਤਾ ਨਹੀਂ ਗਾ, ਕੋਈ ਗੱਲ ਨਹੀਂ ਪਤਾ ਕਿਸੇ ਨੂੰ, ਜਿਹਨੂੰ ਇਹ ਗੱਲ ਦਾ ਪਤਾ ਹੀ ਨਹੀਂ ਗਾ ਉਹਨੂੰ ਬੋਲਣ ਦੀ ਕੋਈ ਲੋੜ ਨਹੀਂ ਹੈਗੀ। ਠੀਕ ਹੈ, ਪਹਿਲੇ ਗੱਲ ਦਾ ਪਤਾ ਹੋਣਾ ਚਾਹੀਦਾ ਵਾ ਕਿ ਕੀ ਗੱਲ ਸਹੀ ਹੈ ਅਤੇ ਕੀ ਗੱਲ ਗਲਤ ਆ। ਅਨਮੋਲ ਨੇ ਉਸ ਦਿਨ ਬਹੁਤ ਗਲਤ ਗੱਲਾਂ ਕੀਤੀਆਂ ਫੇਸਬੁੱਕ 'ਤੇ। ਸਾਡੀਆਂ ਕਈ ਭੈਣਾਂ ਆਈਡੀਆਂ ਚਲਾਉਂਦੀਆਂ ਨੇ ਕਿ ਆਹ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਕੇ ਉਹਨੇ ਸਹੀ ਕੀਤਾ ਵੈ, ਐਂਬੂਲੈਂਸ ਵਾਲੇ ਕੰਮ ਕਰਕੇ। ਕੁਛ ਕੁਛ ਤਾਂ ਸੋਚ ਸਮਝ ਕੇ ਸ਼ਰਮ ਕਰੋ ਯਾਰ, ਕਿ ਆਪਾਂ ਕੀ ਕਰਦੇ ਪਏ ਹਾਂ। ਲੜਾਈ ਹੈ, ਆਪਣੀ ਪੁਲਿਸ, ਆਪਣੇ ਕੋਲ ਪੁਲਿਸ ਹੈ, ਸਾਰਾ ਕੁਛ ਹੈ, ਸਭ ਕੁਛ ਤੁਹਾਡੇ ਸਾਰੇ ਬੰਦੇ ਨਾਲ ਹੈ,
ਅਤੇ ਜੇ ਤੇਰੇ ਕੋਲ ਇੰਨੀ ਮੈਨ ਪਾਵਰ ਹੈ ਯਾਰ ਤੂੰ, ਮੈਂ ਤਾਂ ਬਹੁਤ ਗੁੱਡਵਿਲ ਸਮਝਦਾ ਤੇਰੀ ਕਿ ਤੇਰੇ ਕੋਲ ਇੰਨੀ ਮੈਨ ਪਾਵਰ ਹੈ, ਜੇ ਤੇਰੇ ਕੋਲ ਇੰਨੀ ਮੈਨ ਪਾਵਰ ਹੈ ਕਿ ਆਪਾਂ ਹਾਈਵੇ ਜਾਮ ਕਰਨਾ ਸੀਗਾ, ਆਪਾਂ ਪੁਲਿਸ ਕਮਿਸ਼ਨਰ ਦਾ ਦਫ਼ਤਰ ਵੀ ਜਾ ਸਕਦੇ ਸੀਗੇ, ਆਪਾਂ ਥਾਣਾ ਘੇਰ ਸਕਦੇ, ਸਭ ਕੁਛ ਕਰ ਸਕਦੇ ਹਾਂ, ਕਿ ਆਪਾਂ ਲੋਕਾਂ ਨੂੰ ਆਹ ਸਟੰਟ ਮਾਰਦੇ ਖਾਂਦੇ ਹਾਂ। ਹੁਣ ਉਹਦੀ ਵੀਡੀਓ ਵਾਇਰਲ ਹੋਈ ਆ ਅਨਮੋਲ ਖਵਾਤਰਾ ਦੀ, ਕੀ ਕਹਿੰਦਾ ਤਾਂ ਮੈਂ ਤਾਂ ਰਾਜਨੀਤੀ ਦੇ ਵਿੱਚ ਹੈ ਹੀ ਨਹੀਂ ਗਾ, ਅਤੇ ਗੱਡੀਆਂ ਦੇ ਵਿੱਚ ਪੋਸਟਰ ਰੱਖੀ ਬੈਠਾ ਤਾਂ ਪੋਸਟਰ ਚਮਕਾਉਂਦਾ ਫਿਰਦਾ, ਅਤੇ ਇਹ ਕੋਈ ਗੱਲਾਂ 'ਚੋਂ ਗੱਲ ਹੈ ਯਾਰ, ਕੋਈ ਸ਼ਰਮ ਵਾਲੀ ਗੱਲ ਕਰੋ ਯਾਰ, ਸ਼ਰਮ ਕਰੋ ਕੁਛ, ਜੇ ਤੁਹਾਨੂੰ ਰੱਬ ਨੇ ਇੰਨੀ ਮੈਨ ਪਾਵਰ ਦਿੱਤੀ ਹੈ ਕੁਛ ਸ਼ਰਮ ਕਰੋ ਕੁਛ, ਬਸ ਆਹੀ ਕਹਿਣਾ ਸੀ ਮੈਂ ਯਾਰ।